ਸਤਿ ਸ਼੍ਰੀ ਅਕਾਲ ਜੀ। ਮੈਂ ਪੰਜਾਬ ਤੋਂ ਹਾਂ, ਮੈਂ ਜਲੰਧਰ ਤੋਂ ਹਾਂ, ਇੱਥੇ ਮੈਂ ਆਸਟ੍ਰੇਲੀਆ ਚ ਰਹਿੰਦੀ ਹਾਂ। ਮੈਂ ਦੇਸੀ ਈਟ ਬਲੌਕ ਤੋਂ ਕੱਪੜੇ ਮੰਗਾਏ ਸੀ, ਬਹੁਤ ਸੋਹਣੇ ਉਹਨਾਂ ਨੇ ਮੈਨੂੰ ਕੱਪੜੇ ਭੇਜੇ, ਬਹੁਤ ਸੋਹਣੀ ਸਟਿਚਿੰਗ ਕਰਵਾ ਕੇ ਦਿੱਤੀ। ਮੈਨੂੰ ਆਈਡੀਆ ਨਹੀਂ ਸੀ ਵੀ ਮੈਂ ਕਿੱਦਾਂ ਦੇ ਲੈਣੇ ਆ। ਮੈਂ ਫਿਰ ਇਹਨਾਂ ਨੂੰ ਕਾਲ ਕੀਤੀ ਤਾਂ ਇਹਨਾਂ ਨੇ ਮੈਨੂੰ ਆਪਣੀ ਪਸੰਦ ਦੇ ਮੈਨੂੰ 8 ਸੂਟ ਲੈ ਕੇ ਭੇਜੇ ਕਿ ਜਿਹੜੀ ਸਟਿਚਿੰਗ ਵੀ ਉਹਨਾਂ ਨੇ ਆਪੇ ਹੀ ਕਰਵਾ ਕੇ ਦਿੱਤੀ। ਪਰ ਇੰਨੇ ਸੋਹਣੀ ਸਟਿਚਿੰਗ ਤੇ ਇੰਨੇ ਸੋਹਣੇ ਸੀਤੇ, ਇੰਨੇ ਸੋਹਣੇ ਕਿ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਆ। ਫਿਰ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਪਸੰਦ ਆਏ। ਮੈਂ 30-35 ਸੂਟ ਹੁਣ ਹੋਰ ਵੀ ਇਹਨਾਂ ਤੋਂ ਲੈ ਚੁੱਕੀ ਆ। ਪਰ ਇਹਨਾਂ ਨੇ ਮੈਨੂੰ ਪਹਿਲਾਂ ਇੰਨੇ ਤਾਂ ਭੇਜੇ ਕਿ ਆਪਣੀ ਫਿਟਿੰਗ, ਆਪਣੇ ਸਾਰਾ ਕੁਝ ਦੇਖ ਲਓ, ਕਿਉਂਕਿ ਪਾਕਿਸਤਾਨ ਦੇ ਵਿੱਚ ਸਲਵਾਰ ਹੋਰ ਤਰ੍ਹਾਂ ਦੀ ਪਾਉਂਦੇ ਆ, ਆਪਣੇ ਪੰਜਾਬ ਚ ਹੋਰ ਤਰ੍ਹਾਂ ਦੀ ਸਲਵਾਰ ਪਾਉਂਦੇ ਆ। ਇਸ ਕਰਕੇ ਇਹਨਾਂ ਨੇ ਬਹੁਤ ਸੋਹਣੀ ਸਲਵਾਰਾਂ ਵੀ ਸੀਤੀਆਂ। ਮੈਂ ਤੁਹਾਨੂੰ ਖੋਲ ਕੇ ਵੀ ਇੱਕ ਸੂਟ ਦਿਖਾਉਂਦੀ ਹਾਂ ਕਿ ਬਹੁਤ ਜ਼ਿਆਦਾ ਇਹ ਸੋਹਣਾ ਆ। ਦੇਖੋ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਆ, ਕਿੰਨੀ ਸੋਹਣੀ ਸਟਿਚਿੰਗ ਕੀਤੀ ਸੀਤੇ ਹੋਏ ਆ। ਬੈਕ ਸਾਈਡ ਦੇਖੋ, ਆਪਣੇ ਪੰਜਾਬ ਤੋਂ ਅਸੀਂ ਜੇ ਇਦਾਂ ਦੇ ਕੱਪੜੇ ਲੈਣੇ ਹੋਣ ਸਾਨੂੰ ਨਹੀਂ ਮਿਲਦੇ, ਇਸ ਕਰਕੇ ਮੈਂ ਹੁਣ ਇਹਨਾਂ ਤੋਂ ਹੀ ਸੂਟ ਮੰਗਾਉਣੀ ਆ। हेलो राविया जी, आज मेरे को अपना पार्सल मिल गया है और मैं ऑस्ट्रेलिया से बिंदर बोल रही हूँ और मैं आपसे शेयर करना चाहती हूँ मेरी फीडबैक जो आज मैंने आपसे एक्सपीरियंस किया है। मैं बहुत ज़्यादा आपकी सिलाई और चॉइस से बहुत खुश हूँ। मुझे इतनी खुशी मिली है कि आपके कपड़े इतने अच्छे बने हुए हैं और स्टिचिंग भी इतनी अच्छी है, बेकमाल, और मैं आपको बयान नहीं कर पा रही कि मैं कितनी खुश हूँ। और आपका पार्सल भी मुझे विद इन 2 वीक्स मिल गया है और मैं अब आपसे इच्छा करती हूँ कि वह मेरा दूसरा पार्सल भी रेडी हो रहा होगा और वो भी जल्दी मुझे मिल जाएगा। मैंने आपसे फर्स्ट टाइम ये कपड़े ऑर्डर किए हैं, लेकिन यू बिलीव मी दैट मेरा दूसरा पार्सल भी जल्दी जल्दी आ जाएगा। एंड आई एम सो स्टोक दैट आई गॉट ऑल दिस ब्यूटिफुल आउटफिट फॉर माई सेल्फ की खुशी का मैं बयान नहीं कर पा रही बेटा। इतनी खुशी हुई है मुझे आपसे शॉपिंग करके और आज आपसे बात करके कि मैं अपनी खुशी को आपसे बयान नहीं कर पा रही कि कैसे मैं आपको बता सकूं कि मैं कितनी कितनी खुश हूं आपकी शॉपिंग से। बेटा, होप यू लाइक माय वीडियो। थैंक यू वेरी मच।